ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਟੋਲਾ ਇਨੀ ਦਿਨੀ ਲੋਕ ਸਮੱਸਿਆਵਾਂ ਦਾ ਨਿਵਾਰਨ ਕਰਨ ਨਿਕਲਿਆ ਹੋਇਆ, ਜਿਸ ਲੜੀ ਚ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੱਧੂ ਨੇ ਵੀ ਆਪਣਾ ਫੇਰਾ ਸ਼ੁਰੂ ਕੀਤਾ। ਵੈਸੇ ਤਾਂ ਸਿਹਤ ਮੰਤਰੀ ਫਾਜ਼ਿਲਕਾ ਚ ਸਿਹਤ ਸੰਬੰਧੀ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਦਿੱਕਤਾਂ ਸੁਣਨ ਗਏ ਸਨ, ਪਰ ਸਿਆਸਤ ਦੇ ਬਾਦਸਤੂਰ ਆਮ ਆਦਮੀ ਪਾਰਟੀ ਤੇ ਅਮਨ ਅਰੋੜਾ ਵਿਚਾਲੇ ਵਿਵਾਦ ਤੇ ਬੋਲ ਪਏ। ਇੱਥੋਂ ਤੱਕ ਕਿ ਅਮਨ ਅਰੋੜਾ ਨੂੰ ਮੁੜ ਕਾਂਗਰਸ ਚ ਸ਼ਾਮਲ ਹੋਣ ਲਈ ਵੀ ਆਫਰ ਕਰ ਦਿੱਤੀ। ਕਿਹਾ ਕਿ ਆਮ ਲੋਕਾਂ ਚੋਂ ਨਿਕਲੀ ਆਮ ਆਦਮੀ ਪਾਰਟੀ ਮਿੱਟੀ ਚ ਮਿਲ ਗਈ ਹੈ। ਨਾਲ ਹੀ ਬਿਜਲੀ ਅਤੇ ਊਰਜਾ ਵਿਭਾਗ ਦੇ ਨਵੇਂ ਬਣੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਕਾਰਜਕਾਲ ਨਾ ਸੰਭਾਲਣ ਤੇ ਬੋਲਦੇ ਹੋਏ ਕਿਹਾ ਕਿ ਵਿਭਾਗ ਦੀ ਸਾਰੀ ਦੇਖ ਰੇਖ ਮੁੱਖ ਮੰਤਰੀ ਵੱਲੋਂ ਕੀਤੀ ਜਾ ਰਹੀ ਹੈ, ਇਸ ਲਈ ਵਿਭਾਗ ਨੂੰ ਕੋਈ ਪਰੇਸ਼ਾਨੀ ਨਹੀਂ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਪੱਧਰ ਤੇ ਮਨਾਉਣ ਲਈ ਉਹਨਾਂ ਕਿਹਾ, ਦੇਖੋ ਗੱਲ ਇਹਦਾ ਹੈਗੀ ਆ, ਆਮ ਆਦਮੀ ਕਿਹੜੀ ਪਾਰਟੀ ਸੀਗੀ, ਉਹ ਆਮ ਜੀ ਰਲ ਗਈ, ਠੀਕ ਹੈ ਨਾ। ਉਹਨਾਂ ਦਾ ਘਰ ਦਾ ਮਸਲਾ ਹੈਗਾ ਅਤੇ ਉਹਨਾਂ ਕੋਲ ਕੋਈ ਸਿਸਟਮ ਦਾ ਪਾਰਟੀ ਕੋਲ ਟੈਕਨੋਲੋਜੀ ਨਹੀਂ, ਕੋਈ ਉਹਨਾਂ ਦਾ ਕੰਸਟੀਟਿਊਸ਼ਨ ਨਹੀਂ ਹੈ, ਉਹ ਤਾਂ ਇਕੱਠੇ ਹੋ ਗਏ ਸੀ ਸਾਰੇ, ਇਕੱਠੇ ਹੋ ਕੇ ਹੁਣ ਹੌਲੀ ਹੌਲੀ ਖਿੰਡ ਰਹੇ ਨੇ। ਅਤੇ ਇਸ ਕਰਕੇ ਅਮਨ ਅਰੋੜਾ ਦਾ ਪਹਿਲਾਂ ਕਾਂਗਰਸ 'ਚ ਸਾਡਾ ਕਾਂਗਰਸ ਦਾ ਪੁਰਾਣਾ ਸਾਥੀ ਹੈ, ਅਤੇ ਮੈਂ ਤੁਹਾਨੂੰ ਸਲਾਹ ਦੇਵਾਂ ਕਿਉਂ ਉੱਥੇ ਐਵੇਂ ਸਹੀ ਰਸਤੇ ਚੱਲੇ ਇਹਦੇ ਰਾਜ ਵਿੱਚ, ਠੀਕ ਹੈ। ਦੇਖੋ ਮਹਿਕਮੇ ਦੇ ਕੰਮ ਦਾ ਕੋਈ ਪੈਂਡਿੰਗ ਨਹੀਂ ਹੈ, ਮਹਿਕਮੇ ਦੇ ਕੰਮ ਤਾਂ ਆਲਰੇਡੀ ਬੜੀ, ਉਹਦੇ 'ਚ ਦੋ ਕਾਰਪੋਰੇਸ਼ਨਾਂ ਹੈਗੀਆਂ ਨੇ ਅਤੇ ਬਕਾਇਦਾ ਡਾਇਰੈਕਟਰ ਵੱਖਰੇ ਵੱਖਰੇ ਚੇਅਰਮੈਨ ਸਾਹਿਬ ਲੱਗੇ ਹੋਏ ਨੇ, ਲੇਕਿਨ ਹਾਂਜੀ ਸੀ ਐੱਮ ਸਾਹਿਬ ਕੋਲ ਹੈਗਾ ਮਹਿਕਮਾ, ਕੰਮ ਚੱਲ ਰਿਹਾ ਪੂਰਾ। ਤੁਸੀਂ ਦੱਸੋ 8 ਘੰਟੇ ਬਿਜਲੀ ਆ ਰਹੀ ਹੈ ਕਿ ਨਹੀਂ ਆ ਰਹੀ, ਬਿਲਕੁਲ ਆ ਰਹੀ ਹੈ, ਦੱਸੋ ਕਿਹੜੀ ਕਮੀ ਹੈ ਦੱਸੋ। ਲੇਕਿਨ ਸਰ ਇਮੇਜ ਇੰਨੀ ਸਾਫ਼ ਸੁਥਰੀ ਹੈ ਸੀ ਐੱਮ ਸਾਹਿਬ ਦੀ, ਇਹਦੇ ਕੰਟਰੋਵਰਸੀ ਖੜੀ ਹੁੰਦੀ ਹਰ ਵਾਰੀ। ਦੇਖੋ ਪਤਾ ਗੱਲ ਕੀ ਹੈ, ਹਰ ਇੱਕ ਪਰਿਵਾਰ 'ਚ ਇੱਕ ਡਿਸਿਪਲਿਨ ਹੁੰਦਾ, ਡਿਸਿਪਲਿਨ ਤੋਂ ਪਰਿਵਾਰ 'ਚ ਇੱਕ ਪਾਰਟੀ ਤੋਂ ਉੱਪਰ ਬੰਦਾ ਕੋਈ ਨਹੀਂ ਹੁੰਦਾ, ਪਾਰਟੀ ਸੁਪਰੀਮ ਹੈ ਸਾਡੀ, ਠੀਕ ਹੈ ਨਾ। ਅਸੀਂ ਪਰਿਵਾਰ 'ਚ ਰਹਿ ਕੇ ਸਾਡੇ ਜਿਹੜੇ ਹੈੱਡ ਨੇ, ਹੈੱਡ ਦੇ ਨਾਲ ਸਾਨੂੰ ਜੋ ਕਹਿੰਦੇ ਉਹਨੂੰ ਚੱਲਣਾ ਚਾਹੀਦਾ। ਮੈਂ ਤਾਂ ਉਹਨਾਂ ਨੂੰ ਇਹੀ ਕਹੂੰਗਾ, ਉਹਨਾਂ ਬਗੈਰ ਕਿਸੇ ਦੇਰੀ ਤੋਂ ਉਹਦਾ ਸੰਭਾਲਣਾ ਚਾਹੀਦਾ। ਸਰ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਪ੍ਰਧਾਨ ਹੈ ਸਿਮਰਨਜੀਤ ਸਿੰਘ ਮਾਨ, ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਸੁਲਤਾਨਪੁਰ ਦੇ ਵਿੱਚ ਲੋਧੀ ਵਿੱਚ ਜਿਹੜਾ 550ਵੀਂ ਸ਼ਤਾਬਦੀ ਜਿਹੜਾ ਪ੍ਰੋਗਰਾਮ ਹੈ ਉਹ ਅਲੱਗ ਤੋਂ ਮਨਾਇਆ ਜਾਏਗਾ, 84 ਸਿੱਖ ਕਤਲਿਆਂ ਔਰ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਾਲਿਆਂ ਨੂੰ ਇਹਦੇ ਸ਼ਾਮਿਲ ਨਹੀਂ ਕੀਤਾ ਜਾਏਗਾ। ਦੇਖੋ ਮਾਨ ਸਾਹਿਬ ਹਮੇਸ਼ਾ ਹੀ ਆਪਣਾ ਇੱਕ ਵੱਖਰਾ ਢੰਡੋਰਾ ਪਿੱਟਦੇ ਰਹਿੰਦੇ ਨੇ, ਪਰ ਹਿੰਦੁਸਤਾਨ ਇੱਕ ਸੈਕੂਲਰ ਮੁਲਕ ਹੈਗਾ, ਇਹਦੇ ਵਿੱਚ ਸਾਰੇ ਬੰਦਿਆਂ ਨੂੰ ਬਰਾਬਰ ਦਾ ਅਧਿਕਾਰ ਹੈਗਾ, ਚਾਹੇ ਉਹ ਸਿੱਖ ਹੋਣ, ਚਾਹੇ ਹਿੰਦੂ ਹੋਣ, ਚਾਹੇ ਮੁਸਲਿਮ, ਚਾਹੇ ਈਸਾਈ ਹੋਣ। ਗੁਰੂ ਨਾਨਕ ਦੇਵ ਜੀ ਸਰਬ ਸਾਂਝੇ ਸਭ ਦੇ ਸਾਡੇ ਸੀਗੇ, ਔਰ ਜੇ ਅੱਜ ਪਾਕਿਸਤਾਨ ਦੇ ਵੀ ਬਹੁਤ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤਾਂ ਉਹਨਾਂ ਨੂੰ ਇੱਥੇ ਨਾਲ ਮਨਾਉਣ 'ਚ ਕੀ ਹਰਜ ਹੈ। ਅਸੀਂ ਤਾਂ ਅਕਾਲ ਤਖਤ ਜਥੇਦਾਰ ਨੂੰ ਇਹ ਬੇਨਤੀ ਕੀਤੀ, ਅਪੀਲ ਕੀਤੀ ਹੈ ਕਿ ਇਹ ਸਾਰਾ ਪ੍ਰੋਗਰਾਮ ਜਿਹੜਾ ਕਾਮਨ ਹੋਣਾ ਚਾਹੀਦਾ, ਔਰ ਇਹ ਮੈਸੇਜ ਜਾਣਾ ਚਾਹੀਦਾ ਕਿ ਗੁਰੂ ਨਾਨਕ ਦੇਵ ਜੀ ਕਿਸੇ ਇੱਕ ਬੰਦੇ ਨਾਲ ਨਹੀਂ ਬਲਕਿ ਸਾਰਿਆਂ ਨਾਲ ਦੇ ਗੁਰੂ ਸੀ। ਦੂਜੇ ਪਾਸੇ ਇਸ ਜਨਤਾ ਦਰਬਾਰ ਦੌਰਾਨ ਪੰਜਾਬ ਅੰਦਰ 2950 ਵੈਲਨੈਸ ਸੈਂਟਰ ਖੋਲ੍ਹਣ ਦਾ ਦਾਅਵਾ ਕੀਤਾ, ਜਿਸ ਵਿੱਚ 843 ਸੈਂਟਰਾਂ ਨੂੰ ਕਾਰਜ ਅਧੀਨ ਦੱਸਿਆ, ਜਿਸ ਲਈ ਨਰਸਿੰਗ ਸਟਾਫ ਅਤੇ ਆਸ਼ਾ ਵਰਕਰਾਂ ਦੇ ਨਾਲ ਨਾਲ 58 ਸਾਲ ਵਾਲੇ ਸਪੈਸ਼ਲ ਸਿਵਲ ਸਰਜਨ ਡਾਕਟਰਾਂ ਨੂੰ ਨੌਕਰੀ ਤੇ ਰੱਖੇ ਜਾਣ ਦਾ ਐਲਾਨ ਕੀਤਾ। ਤਾਂ ਉਹਨੂੰ ਬਾਈ ਦੀ ਵੇ ਕੋਈ ਪ੍ਰੋਬਲਮ ਹੈਗੀ ਆ ਤਾਂ ਉੱਥੋਂ ਟੈਲੀਫੋਨ 'ਤੇ ਕੰਸਰਨ ਜਿਹੜਾ ਸਪੈਸ਼ਲਿਸਟ ਆ ਜਾਂ ਸਰਜਨ ਹੈ ਉਹਦਾ ਗੱਲ ਕਰਕੇ ਉਹਨੂੰ ਮੈਡੀਸਨ ਮੌਕਾ ਦਿੱਤੀ ਜਾਊਗੀ। ਇਹ ਚੀਜ਼ ਅਸੀਂ ਕੈਪਟਨ ਸਾਹਿਬ ਨੇ ਲੋਕਾਂ ਦੇ ਬਰੂਹਾਂ ਤੱਕ ਜਿਹੜੀ ਮੈਡੀਸਨ ਪਹੁੰਚਾਉਣ ਦੀ ਗੱਲ ਕੀਤੀ ਹੈ। ਕੋਈ 250 ਦੇ ਕਰੀਬ ਜਿਹੜੀਆਂ ਅਸੈਂਸ਼ਲ ਮੈਡੀਸਨ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਕਿ ਸਰਕਾਰ ਦੀ ਲਿਸਟ 'ਚ ਹੈਗੀਆਂ ਨੇ, ਉਹਨਾਂ ਨੂੰ ਮੇਰੇ ਵੱਲੋਂ ਪੂਰੀ ਕੋਸ਼ਿਸ਼ ਹੈ ਵੀ ਯਕੀਨੀ ਬਣਾਇਆ ਜਾਵੇ ਕਿ ਹਰ ਹਸਪਤਾਲ ਦੇ ਵਿੱਚ ਉਹ ਸਾਰੀਆਂ ਮੈਡੀਸਨ ਹੋਣ ਅਤੇ ਕੋਈ ਵੀ ਬੰਦਾ ਮੈਡੀਸਨ ਤੋਂ ਬਗੈਰ ਹੋਸਪਿਟਲ 'ਚ ਵਾਪਸ ਨਾ ਜਾਵੇ। ਔਰ ਦੂਜੀ ਗੱਲ,
ਜਿਹੜੇ ਸਪੈਸ਼ਲਿਸਟਾਂ ਦੀ ਕਮੀ ਹੈ ਬੜੀ ਵੱਡੀ, ਉਹ ਅਸੀਂ 58 ਤੋਂ ਬਾਅਦ ਜਿਹੜੇ 65 ਸਾਲ ਤੱਕ ਦੇ ਜਿਹੜੇ ਸਰਜਨ ਨੇ ਜਾਂ ਸਪੈਸ਼ਲਿਸਟ ਨੇ ਉਹਨਾਂ ਨੂੰ ਰੀਇੰਪਲੋਇਮੈਂਟ ਦੇ ਕੇ ਉਹਨਾਂ ਐਡਮਿਟ ਸਾਈਡ 'ਤੇ ਕੋਈ ਉਹ ਨਹੀਂ ਹੋਏਗਾ, ਸਿਰਫ ਕਲੀਨਿਕਲ ਜਿਹੜੀ ਆ ਉਹ ਪ੍ਰੈਕਟਿਸ ਕਰ ਸਕਣਗੇ, ਜੋ ਓਪਰੇਸ਼ਨ ਕਰਨਾ ਉਹ ਕਰ ਸਕਣਗੇ। ਪੰਜਾਬ ਦੇ ਕੈਬਨਿਟ ਮੰਤਰੀਆਂ ਦਾ ਲੋਕ ਸਮੱਸਿਆਵਾਂ ਸੁਣਨ ਦਾ ਦੌਰ ਚੱਲ ਰਿਹਾ, ਜਿੱਥੇ ਲੋਕ ਮਸਲੇ ਹੱਲ ਕਰਨ ਦੇ ਵੱਡੇ ਵੱਡੇ ਵਾਅਦੇ ਕੀਤੇ ਜਾਂਦੇ ਨੇ। ਇਹ ਵਾਅਦੇ ਪੂਰੇ ਹੁੰਦੇ ਹਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਵਕਤ ਹੀ ਦੱਸੇਗਾ। ਤੇ ਅਮਨ ਅਰੋੜਾ ਦੇ ਪੈਰ ਮੁੜ ਕਾਂਗਰਸ ਦੇ ਦਰਵਾਜ਼ੇ ਤੇ ਦਸਤਕ ਦੇਣਗੇ, ਇਹ ਜਾਣਨਾ ਵੀ ਦਿਲਚਸਪ ਰਹੇਗਾ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ ਟੀਵੀ। ਦੁਨੀਆ ਭਰ ਦੀ ਤਾਜ਼ਾ ਤਰੀਨ ਖਬਰਾਂ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਤੇ ਦਬਾਓ ਬੈਲ ਬਟਨ ਐਂਡ ਆਲਸੋ ਲਾਈਕ ਆਵਰ ਫੇਸਬੁੱਕ ਪੇਜ।